ਅਸੀਂ ਆਪਦੀ ਜੋ ਵੀ ਹੈਗੀ ਉਹ ਜਾਇਦਾਦ ਦੇ ਵਿੱਚ ਆਪਦੀ ਭੈਣ ਦਾ ਹਿੱਸਾ ਵੀ ਰੱਖਿਆ ਹੋਇਆ। ਤੁਸੀਂ ਵੀ ਅੱਗੇ ਜੇਠਾਂ ਦੀ ਬੋਤਲ ਰੱਖ ਲੈਂਦੇ ਹੋ, ਫਿਰ ਉਦੋਂ ਆਉਂਦਾ ਮਨ ਦੇ ਵਿੱਚ ਵੀ ਯਾਰ ਇਹਦਾ ਸ਼ਾਇਦ ਗਲਤ ਫੈਕਟਰ ਆ ਜਾਵੜੇ ਜਾਂ ਨਹੀਂ ਲੱਗਦਾ ਕਿ ਲੋਕਾਂ ਦੇ ਬੱਚੇ ਮਤਲਬ ਬੁਰਕੀ ਵੀ ਨਹੀਂ ਲੰਘਾਉਂਦੇ ਕਿ ਜਦੋਂ ਤੱਕ ਉਹਨਾਂ ਦੇ ਅੱਗੇ ਫੋਨ ਨਹੀਂ ਪਿਆ। ਨਹੀਂ ਜਿਵੇਂ ਖਿਡਾਰੀ ਦਾ ਪੇ ਚਲਾਉਂਦੇ ਆ, ਭਲਵਾਨ ਦਾ ਪੇ ਚਲਾਉਂਦੇ ਆ, ਕਦੇ ਲੱਖੇ ਨੇ ਨਹੀਂ ਦਾ ਪੇ ਚਲਾਉਣ ਦੀ ਕੋਸ਼ਿਸ਼ ਕਰੀ ਵੀ ਕਿਸੇ ਨੂੰ ਫੋਨ ਮਾਰੀਏ ਮਿਲੀਏ ਜਾਂ ਤੁਹਾਡੇ ਨਾਲ ਕੋਈ ਲਾ ਗਿਆ ਹੋਵੇ। ਹੋ ਜੋਗੀ ਮੁੜ ਪਹਾੜਾਂ ਨੂੰ ਪਰਤੇ, ਚਰਖੇ ਦੀ ਕੂਕ ਨਾ ਰਹੀ ਨੀ ਜਿੰਦੇ। ਤੁਹਾਡੇ ਇੱਕ ਤੁਸੀਂ ਚਾਰ ਭਰਾ ਹੋ ਹਨਾ, ਇੱਕ ਸਿਸਟਰ ਆ ਤੁਹਾਡੇ, ਹਾਂਜੀ ਹਾਂਜੀ, ਤਾਂ ਫਿਰ ਉਹ ਕੋਈ ਬੌਂਡ ਦੀ ਗੱਲ ਦੱਸੋ ਤੁਹਾਡਾ ਆਪਣੀ ਸਿਸਟਰ ਦੇ ਨਾਲ, ਕਿਉਂਕਿ ਚਾਰ ਭਰਾਵਾਂ ਦੀ ਲਾਡਲੀ ਭੈਣ ਇੱਕ ਲਾਡ ਵੀ ਬਹੁਤ ਹੁੰਦਾ। ਹਾਂਜੀ ਹਾਂਜੀ ਹਾਂਜੀ, ਉਹਦੇ ਬਾਰੇ ਥੋੜਾ ਦੱਸੋ। ਬੜਾ ਜੀ ਮੈਨੂੰ ਭੈਣ ਜੀ ਸਭ ਤੋਂ ਵੱਡੇ ਨੇ ਐਕਚੁਅਲੀ, ਹੁਣ ਵੱਡੀ ਭੈਣ ਤੇ ਉਂਝ ਤੁਹਾਨੂੰ ਪਤਾ ਹੈ ਮਾਂ ਹੀ ਹੁੰਦੀ ਹੈ ਦੂਜੀ ਵੱਡੀ, ਔਰ ਬਹੁਤ ਜ਼ਿਆਦਾ ਪਿਆਰ ਕਰਦੇ ਆ ਉਹ, ਅਤੇ ਅੱਜ ਵੀ ਜਦੋਂ ਵੀ ਮੈਂ ਕੁਛ ਕੁ ਦਿਨ ਜੇ ਨਾ ਉਹਨਾਂ ਨੂੰ ਫੋਨ ਕਰਾਂ ਤੇ ਫੋਨ ਆਉਂਦਾ ਹੈ ਤੂੰ ਕਿਵੇਂ ਹੈ, ਕਿੱਥੇ ਹੈ, ਠੀਕ ਹੈ, ਬੰਬੇ ਹੈ ਕਿ ਮੋਹਾਲੀ ਹੈ, ਅਤੇ ਖੈਰ ਭੈਣਾਂ ਤਾਂ ਫਿਰ ਭੈਣਾਂ ਹੀ ਨੇ ਜੀ, ਭੈਣਾਂ ਭੈਣਾਂ ਹੁੰਦੀਆਂ ਨੇ, ਖੂਨ ਖੂਨ ਹੀ ਹੈ ਜੀ ਆਪਣਾ ਬੋਲਦਾ ਹੈ ਉਹ। ਅੱਛਾ, ਪਰ ਬਹੁਤ ਸਾਰੇ ਲੋਕਾਂ ਨੇ ਫਿਲਮ ਦੇ ਵਿੱਚ ਵੀ ਜਿੱਦਾਂ ਇੱਕ ਗੱਲ ਆ ਹਨਾ ਭਰਾਵਾਂ ਦੀ ਗੱਲ ਆ, ਤਾਂ ਬਹੁਤ ਸਾਰੇ ਲੋਕਾਂ ਨੇ ਰਿਸ਼ਤੇ ਵੰਡ ਜੇ ਲਏ ਵੀ, ਬਹੁਤ ਸਾਰੇ ਲੋਕ ਇਸ ਗੱਲਾਂ ਕਰਦੇ ਆ ਅਕਸਰ ਅਸੀਂ ਪਿੰਡਾਂ 'ਚ ਵੀ ਭੈਣ ਸਾਡੇ ਤੋਂ ਹਿੱਸਾ ਲੈ ਗਈ, ਜਾਂ ਜ਼ਮੀਨਾਂ ਨੇ ਬਹੁਤ ਰਿਸ਼ਤੇ ਭੈਣਾਂ ਭਰਾਵਾਂ ਦੇ ਵੀ ਬਾਈ ਫਿੱਕੇ ਪਾ ਤੇ। ਹਾਂਜੀ, ਤੁਸੀਂ ਇਸ ਚੀਜ਼ ਨੂੰ ਦੇਖਿਆ ਹੁਣ, ਅਬਜ਼ਰਵ ਕਰਿਆ ਹੁਣ ਆਲੇ ਦੁਆਲੇ? ਗੱਲ ਇਹ ਹੈ ਕਿ ਵੇਖੋ, ਜੇ ਤਾਂ ਆਪਾਂ ਲਾਈਏ ਕਾਨੂੰਨ ਦੀ ਗੱਲ, ਜਿਹੜਾ ਕਿ ਕਾਨੂੰਨ ਬਣ ਗਿਆ ਕਿ ਵੇਖੋ ਅਸਲ ਦੇ ਵਿੱਚ ਮੇਰਾ ਜਿਹੜਾ ਮੰਨਣਾ ਹੈ ਉਹ ਵੀ ਬਰਾਬਰ ਦੇ ਹਿੱਸੇਦਾਰ ਨੇ, ਠੀਕ ਹੈ, ਲਿੰਗ ਚੇਂਜ ਹੋਇਆ, ਬਾਕੀ ਸਭ ਕੁਝ ਸੇਮ ਹੈ। ਇਹ ਨਹੀਂ ਕਿ ਜੇ ਚਾਰ ਭਰਾ ਅਸੀਂ ਤੇ ਜੀ ਸਾਡਾ ਹੀ ਹਿੱਸਾ ਹੈ ਤੇ ਭੈਣ ਦਾ ਹੈ ਨਹੀਂ। ਮੇਰੇ ਹਿਸਾਬ ਨਾਲ ਜਿਹੜੀ ਜ਼ਹਿਨੀਅਤ ਹੈਗੀ ਸਾਡੀ ਮਾਸ਼ਰੇ ਦੀ, ਸਾਡੀ ਸੋਸਾਇਟੀ ਦੀ ਗਲਤ ਹੈ, ਉਹਨਾਂ ਨੂੰ ਵੀ ਬਰਾਬਰ ਦਾ ਹੱਕ ਹੈ। ਕਿਆ ਬਾਤ ਹੈ! ਔਰ ਅਸੀਂ ਚਾਰ ਭਰਾ ਅਸੀਂ ਅਸੀਂ ਆਪਦੀ ਜੋ ਵੀ ਹੈਗੀ ਉਹ ਜਾਇਦਾਦ ਦੇ ਵਿੱਚ ਆਪਦੀ ਭੈਣ ਦਾ ਹਿੱਸਾ ਵੀ ਰੱਖਿਆ ਹੋਇਆ। ਕਿਆ ਬਾਤ ਹੈ! ਇਹ ਬਹੁਤ ਵੱਡੀ ਇੱਕ ਮਤਲਬ ਹੈਗੀ ਆ ਵੀ ਅੱਜ ਕੱਲ੍ਹ, ਚਲੋ ਗੱਲ ਕਹਿਣੀ ਨਹੀਂ ਚਾਹੀਦੀ, ਕਲਾਕਾਰ ਬਣੀ ਰੌਲਾ ਪਵਾਤਾ ਜ਼ਮੀਨਾਂ ਵਿੱਚ ਲੜ ਲੜ ਕੇ। ਅਸਲ ਮਸਲਾ ਇਹ ਹੁੰਦਾ ਨਾ ਭਾਜੀ, ਤੁਹਾਡੀ ਭੈਣ ਨੂੰ ਤੁਸੀਂ ਜ਼ਮੀਨ ਦੇ ਵੀ ਦਓਗੇ, ਪਰ ਤੁਹਾਡੇ ਘਰ ਜਿਹੜੀ ਕਿਸੇ ਦੀ ਭੈਣ ਵਿਆਹ ਕੇ ਲਿਆਈ ਆ ਉਹ ਨਹੀਂ ਦੇਣ ਦਊਗੀ, ਉਹ ਨਹੀਂ ਦੇਣ ਦਊ, ਮਸਲਾ ਉੱਥੇ ਖਰਾਬ ਹੁੰਦੇ ਨੇ। ਬਿਲਕੁਲ, ਜੇ ਆਪਾਂ ਪ੍ਰੈਕਟੀਕਲ ਤੇ ਜਾਈਏ, ਬਸ ਮੈਨੂੰ ਐਂ ਲੱਗਦਾ ਹੁੰਦਾ ਵੀ ਜਦੋਂ ਅਸੀਂ ਆਪਣੇ ਰਿਸ਼ਤਿਆਂ ਦੇ ਵਿੱਚ ਕਿਸੇ ਹੋਰ ਬੰਦੇ ਨੂੰ ਇਨਵੋਲਵ ਕਰ ਲੈਂਦੇ ਹਾਂ, ਉਹ ਬੰਦਾ ਜਿਹੜਾ ਤੁਹਾਡੀ ਲਾਈਫ 'ਚ ਸਾਲ ਪਹਿਲਾਂ ਆਇਆ, ਇੱਕ ਭੈਣ ਆ ਜਿਹੜੀ ਤੁਹਾਡੇ ਬਚਪਨ ਤੋਂ ਆ ਤੁਹਾਡੇ ਨਾਲ ਆ 30 ਸਾਲਾਂ ਤੋਂ ਹਨਾ, ਅਤੇ ਅੱਛਾ ਫਿਰ ਕਦੇ ਰੱਖੜੀ ਪਿੱਛੇ ਵੀ ਹੋਇਆ ਸੀ ਵੀ ਉਹਦੇ ਪਹਿਲਾਂ ਮੰਨਤੀ ਮੇਰੇ ਬਾਅਦ 'ਚੋਂ ਬੰਨੀ ਹੈ? ਨਹੀਂ ਇੱਦਾਂ ਨਹੀਂ, ਬਟ ਉਹਨਾਂ ਨੂੰ ਕਿਉਂਕਿ ਮੈਂ ਮੈਨੂੰ ਲੱਗਦਾ ਜ਼ਿਆਦਾਤਰ ਮੈਂ ਬਾਹਰ ਹੀ ਟਾਈਮ ਮੇਰਾ ਮੁੰਬਈ 'ਚ ਹੀ ਲੰਘ ਗਿਆ, ਠੀਕ ਹੈ, ਅਤੇ ਫਿਰ ਉਹ ਭੈਣ ਜੀ ਉਹਨਾਂ ਨੇ ਆਏ ਸਾਲ ਮੈਨੂੰ ਫਿਰ ਉੱਥੇ ਚਿੱਠੀ ਰਾਹੀਂ ਭੇਜ ਦੇਣੀਆਂ ਰੱਖੜੀਆਂ ਆਉਂਦੀਆਂ ਸੀਗੀਆਂ। ਅੱਛਾ, ਉਹ ਕਦੋਂ ਕਦੇ ਭਾਵਕ ਮੂਵਮੈਂਟ ਵੀ ਹੋਇਆ ਜਿਵੇਂ ਫਿਲਮ ਦੇ ਵਿੱਚ ਤੁਸੀਂ ਇੰਨਾ ਇੱਕ ਮਤਲਬ ਭੈਣ ਲਈ ਆਪਣੀ ਲਈ ਉਹ ਹੋ ਜਾਂਦੇ ਹੋ ਵੀ ਨਹੀਂ ਉਹ ਮੁੰਡਾ ਗਲਤ ਆ? ਅੱਛਾ ਫਿਰ ਚਲੋ ਇਹ ਸਵਾਲ ਵੀ ਇੱਕ ਜ਼ਰੂਰੀ ਆ ਵੀ ਰਿਸ਼ਤਾ ਕਰਨ ਵੇਲੇ ਫਿਰ ਤੁਹਾਡੀ ਇਨਵੋਲਵਮੈਂਟ ਕਿੰਨੀ ਕਰੀ? ਇਹ ਫਿਲਮ ਦੇ ਵਿੱਚ ਹੀ? ਨਹੀਂ, ਫਿਲਮ ਦੇ ਵਿੱਚ ਵੀ, ਉਹਦੇ ਵਿੱਚ ਵੀ, ਐਸੇ ਨਿੱਜੀ ਜ਼ਿੰਦਗੀ ਦੇ ਵਿੱਚ? ਅੱਛਾ, ਨਹੀਂ ਯਾਰ ਉਦੋਂ ਤਾਂ ਮੈਂ ਬਹੁਤ ਛੋਟਾ ਸੀਗਾ, ਛੋਟੇ ਸੀ ਮੈਂ, ਸਭ ਤੋਂ ਛੋਟਾ ਮੈਂ, ਯਾਨੀ ਕਿ ਹਾਂਜੀ, ਹੁਣ ਤਾਂ ਈਵਨ ਕਿ ਭੈਣ ਜੀ ਸਾਡੇ ਦਾਦੀ ਬਣ ਗਏ ਨੇ, ਆਪਣਾ ਨਾਨੀ ਬਣ ਗਏ ਨੇ, ਹਾਂਜੀ, ਸੋ ਮੈਂ ਤਾਂ ਬਹੁਤ ਛੋਟਾ ਸੀ। ਅੱਛਾ, ਆਖਰੀ ਜੇ ਸਵਾਲਾਂ ਤੋਂ ਪਹਿਲਾਂ ਗੀਤ ਸੁਣਨਾ ਤੁਹਾਡੇ ਤੋਂ, ਮੈਨੂੰ ਪਤਾ ਲੱਗਿਆ ਤੁਸੀਂ ਗਾਉਂਦੇ ਵੀ ਹੋ। ਹੁਣੇ ਸੁਣਾ ਸੀ ਭਾਜੀ ਨੇ ਆਉਂਦੇ ਨੇ ਗੱਡੀ 'ਚ। ਅੱਛਾ, ਸੁਣਾ ਦਿਓ ਫਿਰ ਇੱਕ। ਹੋ ਸਕਦਾ ਭਾਜੀ ਅਗਲੀ ਫਿਲਮ ਦੇ ਵਿੱਚ ਆ ਜਾ ਸਾਨੂੰ ਸਿੰਗਰ ਲਾਂਚ ਕਰਨ, ਪਹਿਲਾਂ ਕਾਲਾ ਰੱਖ ਲਾ, ਕਸਮੇਲਾ ਜਿਹਾ ਰੱਖ ਲੈ, ਕਸਮੇਲਾ। ਚਲੋ ਮੈਂ ਤੁਹਾਨੂੰ, ਮੈਂ ਆਪਣੇ ਹੀ ਇੱਕ ਦੋ ਟੱਪੇ ਜੀ ਤੁਹਾਨੂੰ ਸੁਣਾਉਣਾ। ਪਹਿਲਾਂ ਸੀਗਾ ਕਿ ਆਪਾਂ ਸੁਣਦੇ ਹੁੰਦੇ ਸੀ ਕਿ ਜੋਗੀ ਉੱਤਰ ਪਹਾੜੋਂ ਆਏ ਚਰਖੇ ਦੀ ਕੂਕ ਸੁਣ ਕੇ ਨਹੀਂ ਜਿੰਦੇ ਮੇਰੀਏ, ਠੀਕ ਹੈ, ਅਤੇ ਅਸੀਂ ਅੰਦਰੇਟੇ ਜਾ ਰਹੇ ਸੀ ਸ਼ੋਅ ਕਰਨ ਜਦੋਂ ਮੈਂ ਡਿਪਾਰਟਮੈਂਟ ਹੁੰਦਾ ਸੀ ਪੰਜਾਬੀ ਯੂਨੀਵਰਸਿਟੀ ਪਟਿਆਲੇ। ਅੱਛਾ ਜੀ।
ਅਤੇ ਅੰਦਰੇਟੇ ਪਹਾੜਾਂ 'ਤੇ ਬੱਸ ਜਾ ਰਹੀ ਹੈ, ਚੜ੍ਹ ਰਹੀ ਹੈ, ਅਤੇ ਮੈਂ ਵੇਖਿਆ ਕਿ ਜੋਗੀ ਨਾ ਪਹਾੜੀ ਚੜ੍ਹਿਆ ਜਾ ਰਿਹਾ ਉੱਤੇ ਨੂੰ, ਥੱਲੇ ਆਉਣ ਦੀ ਬਜਾਏ ਉਹ ਤਾਂ ਨੂੰ ਜਾ ਰਿਹਾ। ਠੀਕ ਹੈ, ਫਿਰ ਖਿਆਲ ਆਇਆ ਜੋਗੀ ਮੁੜ ਪਹਾੜਾਂ ਨੂੰ ਪਰਤੇ, ਜੋਗੀ ਮੁੜ ਗਏ ਹੋ, ਜੋਗੀ ਮੁੜ ਪਹਾੜਾਂ ਨੂੰ ਪਰਤੇ, ਚਰਖੇ ਦੀ ਕੂਕ ਨਾ ਰਹੀ ਨੀ ਜਿੰਦੇ ਮੇਰੀਏ, ਨਾ ਚਰਖੇ ਤੇ ਨਾ ਹੀ ਤਰਿੰਜਣਾ, ਨਾ ਚਰਖੇ ਤੇ ਨਾ ਹੀ ਤਰਿੰਜਣਾ, ਪੂਣੀਆਂ ਗਲੋਟੇ ਰੁੱਸ ਗਏ ਨੀ ਜਿੰਦੇ।